ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਅਸੀਂ ਤੁਹਾਨੂੰ ਬੜੀ ਹੀ ਬਰੀਕੀ ਨਾਲ ਸਮਝਾਵਾਂਗੇ। ਬੜਾ ਹੀ ਸਮਝਦਾਰੀ ਵਾਲਾ ਇਹ ਵਿਸ਼ਾ ਹੈ ਅਤੇ ਸਮਝਣ ਵਾਲਾ ਵਿਸ਼ਾ ਹੈ, ਅਤੇ ਇਸ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਸਸਪੈਂਸ ਰੱਖਾਂਗੇ ਕਿ ਵਿਸ਼ਾ ਕੀ ਹੈ। ਸ਼ੁਰੂ ਕਰਦੇ ਹਾਂ ਦੋਸਤੋ। ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਨੇ। ਕੀ ਉਹ ਦੁੱਖ ਸਾਨੂੰ ਕੋਈ ਦਿੰਦਾ ਹੈ? ਕੀ ਉਹ ਦੁੱਖ ਸਾਡੇ ਕਿਸੇ ਹੋਰ ਕਰਮਾਂ ਦਾ ਹਿਸਾਬ ਕਿਤਾਬ ਨੇ? ਕੀ ਉਹ ਦੁੱਖ ਸਾਨੂੰ ਸੰਸਾਰਿਕ ਤੌਰ 'ਤੇ ਮਿਲੇ ਹਨ? ਇਹੀ ਸਮਝਣਾ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਮੈਨੂੰ ਦੁੱਖ ਮਿਲ ਰਹੇ ਆ। ਕਈ ਲੋਕ ਸਾਰੀ ਉਮਰ ਦੁੱਖਾਂ 'ਚ ਲੰਘਾ ਦਿੰਦੇ ਆ। ਕਈ ਲੋਕ ਇੰਨੀ ਕੁ ਜ਼ਿਆਦਾ ਚਿੰਤਾ 'ਚ ਰਹਿੰਦੇ ਆ ਕਿ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਹੀ ਨਹੀਂ ਖਤਮ ਹੁੰਦੇ। ਉਹਨਾਂ ਦੇ ਵੀ ਮੈਂ ਦੁੱਖਾਂ ਦੇ ਵਿੱਚ ਉਲਝਿਆ ਹੋਇਆ। ਸੋ ਆਪਾਂ ਅੱਜ ਇਸੇ ਵਿਸ਼ੇ ਦੇ ਉੱਤੇ ਤੁਹਾਨੂੰ ਇੱਕ ਇਸ ਦਾ ਰਸਤਾ ਦੇਵਾਂਗੇ। ਦੋਸਤੋ, ਮਨੁੱਖ ਦੀ ਫਿਤਰਤ ਕੀ ਆ? ਜਦੋਂ ਕੁਝ ਚੰਗਾ ਮਿਲਦਾ ਤਾਂ ਉਦੋਂ ਅਸੀਂ ਦਾਤੇ ਨੂੰ ਭੁੱਲ ਜਾਂਦੇ ਹਾਂ, ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਗੁਰੂ ਨਾਨਕ ਕਹਿੰਦੇ ਨੇ ਸ਼ੁਕਰ ਕਰੋ। ਜਦੋਂ ਸਾਨੂੰ ਕੁਝ ਚੰਗਾ ਮਿਲਦਾ ਅਸੀਂ ਉਸ ਵਕਤ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਉਦੋਂ ਅਸੀਂ ਸਿਰਫ ਮੈਂ 'ਤੇ ਆ ਕੇ ਟਿਕ ਜਾਂਦੇ ਹਾਂ। ਅਸੀਂ ਇਹ ਕਹਿੰਦੇ ਕਿ ਇਹ ਮੈਂ ਕੀਤਾ, ਪਰ ਜਦੋਂ ਸਾਨੂੰ ਕੁਝ ਮਾੜਾ ਮਿਲਦਾ ਜਾਂ ਕੋਈ ਦੁੱਖ ਮਿਲਦਾ ਉਸੇ ਵਕਤ ਅਸੀਂ ਦੋਸ਼ ਦਿੰਦੇ ਹਾਂ ਪਰਮਾਤਮਾ ਨੂੰ, ਉਸ ਰੱਬ ਨੂੰ, ਉਸ ਨਿਰੰਕਾਰ ਨੂੰ, ਉਸ ਅਕਾਲ ਪੁਰਖ ਨੂੰ ਵੀ ਤੂੰ ਮੇਰੇ ਨਾਲ ਮਾੜਾ ਕੀਤਾ। ਅਸੀਂ 99 ਚੰਗੀਆਂ ਭੁੱਲ ਕੇ ਇੱਕ ਮਾੜੀ ਦਾ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ 99 ਚੰਗੀਆਂ ਦਾ ਸ਼ੁਕਰਗੁਜ਼ਾਰ ਨਹੀਂ ਕਰਦੇ ਅਤੇ ਅਸੀਂ ਚੰਗੇ ਦੀ ਆਸ ਕਿੱਥੋਂ ਰੱਖਦੇ ਹਾਂ? ਸੋ ਦੋਸਤੋ, ਕੀ ਹੁੰਦਾ? ਸਾਡੇ ਧਰਮ ਸ਼ਾਸਤਰ ਕਹਿੰਦੇ ਹਨ ਜਦੋਂ ਉਹ ਤੈਨੂੰ ਅਨੰਤ ਦੇ ਦੇਵੇ ਉਦੋਂ ਤੂੰ ਸ਼ੁਕਰ ਕਰਿਆ ਕਰ। ਅਸੀਂ ਸ਼ੁਕਰ ਨਹੀਂ ਕਰਦੇ। ਜਦੋਂ ਉਹ ਤੈਨੂੰ ਦੇ ਰਿਹਾ ਉਦੋਂ ਅਸੀਂ ਉਸਨੂੰ ਭੁੱਲ ਜਾਂਦੇ ਹਾਂ। ਉਦੋਂ ਅਸੀਂ ਕਹਿੰਦੇ ਵੀ ਮੈਂ ਮਿਹਨਤ ਕੀਤੀ ਅਤੇ ਮੈਨੂੰ ਤਾਂ ਮਿਲਿਆ, ਉਦੋਂ ਅਸੀਂ ਉਸਨੂੰ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਪਰਮਾਤਮਾ ਸੁੱਖ ਦੀ ਜ਼ਿੰਦਗੀ ਦਿੰਦਾ ਉਦੋਂ ਅਸੀਂ ਮੈਂ ਵਿੱਚ ਰਹਿੰਦੇ ਹਾਂ। ਜਿਸ ਘੜੀ ਜਿਸ ਸ਼ਨ ਸਾਡੀ ਜ਼ਿੰਦਗੀ ਵਿੱਚ ਦੁੱਖਾਂ ਨੇ ਪ੍ਰਵੇਸ਼ ਕੀਤਾ ਉਸ ਸ਼ਨ ਅਸੀਂ ਉਸਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਇੱਥੋਂ ਸ਼ੁਰੂ ਹੁੰਦਾ ਹੈ ਸਾਡੀ ਜ਼ਿੰਦਗੀ 'ਚ ਲਗਾਤਾਰ ਆਉਣ ਵਾਲੇ ਦੁੱਖਾਂ ਦਾ ਸਿਲਸਿਲਾ। ਜਦੋਂ ਸਾਡੀ ਜ਼ਿੰਦਗੀ 'ਚ ਇੱਕ ਮਾੜੀ ਘਟਨਾ ਘਟਦੀ ਆ, ਅਸੀਂ ਉਸ ਮਾੜੀ ਘਟਨਾ ਨੂੰ 50 ਲੋਕਾਂ ਨਾਲ ਸਾਂਝਾ ਕਰਦੇ ਹਾਂ। ਉਸ ਮਾੜੇ ਸਮੇਂ ਨੂੰ 50 ਲੋਕਾਂ ਨਾਲ ਸਾਂਝਾ ਕਰਦੇ ਹਾਂ। ਅਸੀਂ ਇੱਕ ਮਾੜੀ ਗੱਲ ਨੂੰ 50 ਵਾਰ ਬੋਲਿਆ, ਅਸੀਂ ਕਿੰਨੇ ਵਾਰੀ ਬ੍ਰਹਿਮੰਡ ਨੂੰ, ਉਸ ਪਰਮਾਤਮਾ ਨੂੰ ਉਹਦੇ ਸਿਗਨਲ ਭੇਜ ਦਿੱਤੇ ਮਾੜੇ ਦੇ 50 ਵਾਰ, ਅਤੇ ਉਹ ਅਨੰਤ ਗੁਣਾ ਹੋ ਜਾਵੇਗਾ। ਜਿੰਨਾ ਜ਼ਿਆਦਾ ਅਸੀਂ ਮਾੜੀਆਂ ਗੱਲਾਂ ਉੱਤੇ ਵਿਚਾਰ ਕਰਾਂਗੇ, ਜਿੰਨਾ ਜ਼ਿਆਦਾ ਅਸੀਂ ਮਾੜੀਆਂ ਗੱਲਾਂ ਨੂੰ ਦੁਹਰਾਵਾਂਗੇ, ਬਿਮਾਰੀਆਂ ਬਾਰੇ ਗੱਲਾਂ ਕਰਾਂਗੇ, ਉਨਾ ਹੀ ਸਾਡੀ ਜ਼ਿੰਦਗੀ ਦੇ ਹਾਲਾਤ ਖਰਾਬ ਹੁੰਦੇ ਜਾਣਗੇ। ਹੁਣ ਇਹਨਾਂ ਹਾਲਾਤਾਂ ਨੂੰ ਕਿਵੇਂ ਸੁਧਾਰਨਾ, ਇਹਨਾਂ ਹਾਲਾਤਾਂ ਦੇ ਵਿੱਚੋਂ ਕਿਵੇਂ ਨਿਕਲਣਾ, ਇਹਨਾਂ ਮਾੜੀਆਂ ਘਟਨਾਵਾਂ ਨੂੰ ਕਿਵੇਂ ਖਤਮ ਕਰਨਾ, ਇਹੀ ਗੱਲ ਸਮਝਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਕੀ ਕਰਨਾ, ਅਸੀਂ ਆਪਣੇ ਮਾੜੇ ਸਮੇਂ ਨੂੰ ਕਿਵੇਂ ਖਤਮ ਕਰਨਾ? ਚੰਗੀਆਂ ਚੀਜ਼ਾਂ ਉੱਤੇ ਧਿਆਨ ਲਗਾਉਣਾ ਸ਼ੁਰੂ ਕਰੋ, ਚੰਗਾ ਸੰਗੀਤ ਸੁਣਨਾ ਸ਼ੁਰੂ ਕਰੋ,
ਚੰਗੀਆਂ ਗੱਲਾਂ ਬੋਲਣੀਆਂ ਸ਼ੁਰੂ ਕਰੋ। ਉਹ ਸ਼ਬਦ ਕਦੇ ਵੀ ਨਾ ਬੋਲੋ ਜੋ ਤੁਹਾਡੇ ਲਈ ਨਕਾਰਾਤਮਕ ਹਨ। ਨਕਾਰਾਤਮਕ ਵਰਡਿੰਗ ਨੂੰ ਬਿਲਕੁਲ ਅਵੋਇਡ ਕਰੋ। ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਬਦਲਾਅ ਚਾਹੁੰਦੇ ਹੋ, ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ, ਜ਼ਿੰਦਗੀ 'ਚ ਚਮਤਕਾਰ ਹੁੰਦਾ ਦੇਖਣਾ ਚਾਹੁੰਦੇ ਹੋ, ਤਾਂ ਉਹ ਨਕਾਰਾਤਮਕ ਚੀਜ਼ਾਂ ਨੂੰ ਬਿਲਕੁਲ ਦਰਨਕਾਰ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ 'ਚ ਬਿਲਕੁਲ ਨਹੀਂ ਚਾਹੁੰਦੇ। ਚੰਗੀਆਂ ਗੱਲਾਂ 'ਤੇ ਧਿਆਨ ਦਿਓ, ਆਪਣੇ ਬਾਰੇ ਸਭ ਦਾ ਚੰਗਾ ਹੀ ਬੋਲੋ, ਸਭ ਦਾ ਚੰਗਾ ਹੀ ਸੋਚੋ। ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ। ਜੇਕਰ ਤੁਹਾਨੂੰ ਨਿੱਕੀ ਤੋਂ ਨਿੱਕੀ ਚੀਜ਼ ਵੀ ਮਿਲਦੀ ਆ ਤਾਂ ਵੀ ਸ਼ੁਕਰਗੁਜ਼ਾਰ ਹੋਵੋ। ਜੇਕਰ ਤੁਹਾਨੂੰ ਇੱਕ ਵਜ੍ਹਾ ਮਿਲੀ ਹੱਸਣ ਦੀ ਤਾਂ ਉਸ ਹਾਸੇ ਦਾ ਵੀ ਸੁਨਿਰੰਕਾਰ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਕਰੋ। ਜੇ ਤੁਹਾਨੂੰ ਕਿਸੇ ਵੱਲੋਂ ਇੱਕ ਬੁਰਕੀ, ਸਿਰਫ ਇੱਕ ਬੁਰਕੀ ਵੀ ਰੋਟੀ ਦੀ ਮਿਲੀ ਤਾਂ ਉਹਦਾ ਵੀ ਸ਼ੁਕਰਗੁਜ਼ਾਰ ਕਰੋ। ਤੁਹਾਡੇ ਕੋਲ ਜੋ ਚੀਜ਼ਾਂ ਹਨ ਉਸਦਾ ਸ਼ੁਕਰਗੁਜ਼ਾਰ ਕਰੋ। ਹੇ ਪਰਮਾਤਮਾ ਤੇਰਾ ਸ਼ੁਕਰ ਹੈ, ਹੇ ਨਿਰੰਕਾਰ, ਹੇ ਬ੍ਰਹਿਮੰਡ ਤੇਰਾ ਸ਼ੁਕਰ ਹੈ ਤੂੰ ਮੈਨੂੰ ਰੋਟੀ ਦਿੱਤੀ। ਹੇ ਅਕਾਲ ਪੁਰਖ, ਹੇ ਪਰਮਾਤਮਾ, ਹੇ ਬ੍ਰਹਿਮੰਡ ਤੇਰਾ ਸ਼ੁਕਰ ਹੈ ਤੂੰ ਮੈਨੂੰ ਚੰਗਾ ਜੀਵਨ ਸਾਥੀ ਦਿੱਤਾ। ਹੇ ਅਕਾਲ ਪੁਰਖ, ਹੇ ਨਿਰੰਕਾਰ, ਹੇ ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਸੋਹਣਾ ਜੀਵਨ ਜਾਂਚ ਦਿੱਤਾ। ਹੇ ਪਰਮਾਤਮਾ, ਹੇ ਅਕਾਲ ਪੁਰਖ, ਤੇਰਾ ਸ਼ੁਕਰ ਹੈ ਤੂੰ ਮੈਨੂੰ ਸੋਹਣਾ ਸਰੀਰ ਦਿੱਤਾ। ਹੇ ਪਰਮਾਤਮਾ, ਹੇ ਅਕਾਲ ਪੁਰਖ, ਤੇਰਾ ਸ਼ੁਕਰ ਹੈ ਤੂੰ ਮੈਨੂੰ ਤਮਾਮ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਿੱਤੀਆਂ। ਜਦੋਂ ਤੁਸੀਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ, ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੇ ਸੁੱਖ ਦਿਨ ਦੁੱਗਣੀ ਰਾਤ ਚੌਗਣੀ ਵਧਣਗੇ। ਤੁਸੀਂ ਕਰਕੇ ਦੇਖਣਾ। ਜੇਕਰ ਅੱਜ ਤੁਸੀਂ ਦੁੱਖ ਵਿੱਚ ਹੋ ਤਾਂ ਕੁਝ ਵੀ ਕੋਈ ਇੱਕ ਚੀਜ਼ ਤੁਹਾਡੀ ਜ਼ਿੰਦਗੀ 'ਚ ਚੰਗੀ ਹੈ ਤਾਂ ਉਹਦਾ ਸ਼ੁਕਰ ਕਰਨਾ ਸ਼ੁਰੂ ਕਰੋ। ਦਿਹਾੜੀ 'ਚ ਘੱਟੋ ਘੱਟ 10 ਵਾਰ ਸ਼ੁਕਰ ਕਰੋ। ਹੇ ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਇਹ ਜ਼ਿੰਦਗੀ ਦਿੱਤੀ। ਹੇ ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਰੋਟੀ ਦਿੱਤੀ। ਵਾਰ ਵਾਰ ਸ਼ੁਕਰ ਕਰਦੇ ਰਹੋ। ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ ਸ਼ੁਕਰ ਕਰਦੇ ਰਹੋ। ਪਰਮਾਤਮਾ ਵੱਧਦਾ ਜਾਵੇਗਾ, ਫੈਲਦਾ ਜਾਵੇਗਾ, ਤੁਹਾਡੀ ਜ਼ਿੰਦਗੀ ਵਿੱਚ ਸੁੱਖਾਂ ਦਾ ਪ੍ਰਸਾਰਾ ਹੁੰਦਾ ਜਾਵੇਗਾ। ਇਹੀ ਤਾਂ ਗੁਰੂ ਨਾਨਕ ਕਹਿੰਦੇ ਹਨ, ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਪਰ ਸੋਈ ਸੋਈ ਲੈਣਾ ਕਿਵੇਂ ਆ, ਮੰਗਣਾ ਕਿਵੇਂ ਆ? ਸ਼ੁਕਰ ਕਰਦੇ ਹਾਂ ਝੋਲੀ ਅੱਡ ਕੇ। ਹੇ ਪਿਤਾ ਪਰਮੇਸ਼ਵਰ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਨਿਰੰਕਾਰ, ਤੇਰਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਬਸ ਹਰ ਵਕਤ ਸ਼ੁਕਰ ਕਰੋ। ਅਜਮਾ ਕੇ ਦੇਖਣਾ, ਕਈਆਂ ਦੇ ਮਨ ਇੰਤਰੇ ਕਮਜ਼ੋਰ ਹੋ ਚੁੱਕੇ ਨੇ, ਉਹ ਕਹਿਣਗੇ ਕਿਸ ਤਰ੍ਹਾਂ ਹੋਵੇਗਾ? ਤੁਸੀਂ ਸ਼ੁਰੂ ਤਾਂ ਕਰੋ, ਹੋਵੇਗਾ, ਭਰੋਸਾ ਕਰੋ, ਹੋਵੇਗਾ। ਵਾਰ ਵਾਰ ਕਰੋ, ਜਦੋਂ ਮਨ ਡਰਾਵੇ ਵਾਰ ਵਾਰ ਕਹੋ ਹੋਵੇਗਾ, 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 ਹੋਵੇਗਾ। ਜਿਉਂ ਜਿਉਂ ਤੁਸੀਂ ਵਾਰ ਵਾਰ ਇੱਕੋ ਗੱਲ ਨੂੰ ਰਿਪੀਟ ਕਰੋਗੇ ਨਾ, ਉਹ ਹੋਵੇਗੀ। ਬਸ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਸਿੱਖ ਲਵੋ, ਤੁਹਾਡੀ ਜ਼ਿੰਦਗੀ ਬਦਲੇਗੀ। ਸਭ ਤੋਂ ਪਹਿਲਾਂ ਸੋਚੋ ਵੀ ਮੈਂ ਜ਼ਿੰਦਗੀ ਬਦਲਣੀ ਹੈ। ਜਿਸ ਦਿਨ ਤੁਸੀਂ ਸੋਚ ਬਣਾ ਲਈ ਜ਼ਿੰਦਗੀ ਬਦਲਣ ਦੀ, ਉਸੇ ਦਿਨ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਏਗੀ। ਤੁਹਾਡੀ ਜ਼ਿੰਦਗੀ 'ਚ ਦੁੱਖ ਖਤਮ ਹੋ ਜਾਣਗੇ, ਤਮਾਮ ਖੁਸ਼ੀਆਂ ਤੁਹਾਡੀ ਜ਼ਿੰਦਗੀ 'ਚ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜਿਸ ਘੜੀ ਤੁਹਾਡੀ ਜ਼ਿੰਦਗੀ 'ਚ ਪਹਿਲੀ ਖੁਸ਼ੀ ਨੇ ਦਸਤਕ ਦਿੱਤੀ, ਪਰਮਾਤਮਾ ਦੇ ਅੱਗੇ 100 ਵਾਰ ਨਮਸਕਾਰ ਕਰੋ, ਉਸ ਦਾ 1000 ਵਾਰ ਸ਼ੁਕਰਾਨਾ ਕਰੋ। ਹੇ ਪਿਤਾ ਪਰਮੇਸ਼ਵਰ, ਤੂੰ ਹੀ ਤੂੰ ਹੈ, ਤੂੰ ਦਾਤਾ ਹੈ, ਤੇਰਾ ਲੱਖ 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 ਸ਼ੁਕਰ ਹਾਂ, ਸ਼ੁਕਰ ਹਾਂ, ਸ਼ੁਕਰ ਹਾਂ, ਸ਼ੁਕਰ ਹਾਂ। ਬਸ ਇਹੀ ਹੈ, ਬਸ ਸ਼ੁਕਰਗੁਜ਼ਾਰ ਹੋ ਜਾਓ ਉਸ ਪਰਮਾਤਮਾ ਦੀ। ਤੁਹਾਡੀ ਜ਼ਿੰਦਗੀ 'ਚ ਕਦੇ ਦੁੱਖ ਆਉਣਗੇ ਹੀ ਨਹੀਂ, ਤੁਹਾਡੀ ਜ਼ਿੰਦਗੀ 'ਚ ਸੁੱਖਾਂ ਦਾ ਮੇਲਾ ਲੱਗ ਜਾਵੇਗਾ, ਆਪਣੇ ਆਪ ਬਦਲੇਗੀ ਜ਼ਿੰਦਗੀ। ਇਹ ਨਿੱਜੀ ਤਜਰਬੇ ਨੇ, ਤਜਰਬੇ ਦੇ ਆਧਾਰ 'ਤੇ ਅਸੀਂ ਗੱਲ ਕਰ ਰਹੇ ਹਾਂ।
ਸ਼ੁਕਰ ਕਰੋ, ਜ਼ਿੰਦਗੀ ਬਦਲੇਗੀ। ਚੰਗਾ ਸੋਚੋ, ਜ਼ਿੰਦਗੀ ਬਦਲੇਗੀ। ਆਪਣੇ ਆਪ ਨੂੰ ਬੋਲਣ ਦਾ ਤਰੀਕਾ ਬਦਲ ਦਿਓ, ਜ਼ਿੰਦਗੀ ਬਦਲੇਗੀ। ਮਾੜੇ ਲੋਕਾਂ ਦਾ ਖਹਿੜਾ ਛੱਡ ਦਿਓ, ਜ਼ਿੰਦਗੀ ਬਦਲੇਗੀ। ਮਾੜਾ ਵੇਖਣਾ ਛੱਡ ਦਿਓ, ਜ਼ਿੰਦਗੀ ਬਦਲੇਗੀ। ਮਾੜਾ ਬੋਲਣਾ ਛੱਡ ਦਿਓ, ਜ਼ਿੰਦਗੀ ਬਦਲੇਗੀ। ਚੁਗਲੀ ਨਿੰਦਿਆ ਤੋਂ ਪਰਹੇਜ਼ ਕਰ ਲਓ, ਜ਼ਿੰਦਗੀ ਬਦਲੇਗੀ, ਜ਼ਿੰਦਗੀ ਬਦਲੇਗੀ, ਜ਼ਿੰਦਗੀ ਬਦਲੇਗੀ। ਇਹੀ ਤਾਂ ਜ਼ਿੰਦਗੀ ਨੂੰ ਬਦਲਣ ਦਾ ਇੱਕ ਤਰੀਕਾ ਹੈ। ਬਸ ਦੋਸ਼ ਨਾ ਕਿਸੇ ਨੂੰ ਦਿਓ, ਆਪਣੇ ਦੁੱਖਾਂ ਦਾ ਦੋਸ਼ ਦੂਸਰੇ ਸਿਰ ਨਾ ਦਿਓ, ਕਿਉਂਕਿ ਤੁਹਾਡੀ ਸੋਚ ਤੋਂ ਤੁਹਾਡੀ ਜ਼ਿੰਦਗੀ ਦੇ ਦੁੱਖ ਉਤਪੰਨ ਹੁੰਦੇ ਹਨ। ਜਿਸ ਤਰ੍ਹਾਂ ਦੀ ਚੀਜ਼ ਨੂੰ ਅਸੀਂ ਐਕਸੈਪਟ ਕਰਦੇ ਹਾਂ ਜਾਂ ਐਕਸੈਪਟੇਸ਼ਨ ਰੱਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਉਸ ਤਰ੍ਹਾਂ ਦੇ ਲੋਕ ਸਾਡੀ ਜ਼ਿੰਦਗੀ 'ਚ ਆਉਂਦੇ ਹਨ। ਸੋ ਆਪਣੀ ਜ਼ਿੰਦਗੀ ਨੂੰ ਫੁੱਲਾਂ ਦੀ ਸ਼ੇਜ ਬਣਾਉਣਾ ਸਿੱਖੋ, ਕੰਡਿਆਂ ਦੀ ਨਹੀਂ। ਬਸ ਫੁੱਲਾਂ ਬਾਰੇ ਸੋਚੋ, ਕੰਡਿਆਂ ਬਾਰੇ ਨਹੀਂ। ਹਾਸਿਆਂ ਬਾਰੇ ਸੋਚੋ, ਰੋਣਿਆਂ ਬਾਰੇ ਨਹੀਂ। ਸੁੱਖਾਂ ਬਾਰੇ ਸੋਚੋ, ਦੁੱਖਾਂ ਬਾਰੇ ਨਹੀਂ। ਤੁਹਾਨੂੰ ਜ਼ਿੰਦਗੀ ਆਪਣੇ ਆਪ ਹੀ ਸਵਰਗ ਵਰਗੀ ਹੋ ਜਾਵੇਗੀ ਤੁਹਾਡੀ ਜ਼ਿੰਦਗੀ। ਬਸ ਆਪਣੇ ਆਪ ਨੂੰ ਬਦਲ ਲਵੋ, ਆਪਣੀ ਸੋਚ ਨੂੰ ਬਦਲ ਲਵੋ, ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ। ਕਿਉਂਕਿ ਬ੍ਰਹਿਮੰਡ ਨੂੰ ਜੋ ਤੁਸੀਂ ਦੇਵੋਗੇ, ਬ੍ਰਹਿਮੰਡ ਤੁਹਾਨੂੰ ਉਹੀ ਦੇਵੇਗਾ। ਬ੍ਰਹਿਮੰਡ ਤਾਂ ਤਿਆਰ ਬੈਠਾ ਤੁਹਾਨੂੰ ਦੇਣ ਲਈ, ਤੁਸੀਂ ਲੈਣ ਵਾਲੇ ਬਣੋ। ਉਹਦੇ ਖਜ਼ਾਨੇ ਕਦੇ ਵੀ ਖਾਲੀ ਨਹੀਂ ਹੁੰਦੇ, ਤੁਸੀਂ ਝੋਲੀਆਂ ਵੱਡੀਆਂ ਕਰਨ ਵਾਲੇ ਬਣੋ। ਸੋ ਅੱਜ ਦੇ ਲਈ ਇੰਨਾ ਹੀ। ਧੰਨਵਾਦ ਸਾਡੇ ਨਾਲ ਬਣੇ ਰਹਿਣ ਦੇ ਲਈ। ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਸੋ ਆਪਾਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ, ਅੱਜ ਦਾ ਵਿਸ਼ਾ ਪਸੰਦ ਆਇਆ ਹੋਵੇਗਾ। ਧੰਨਵਾਦ।